ਕਿਸੇ ਜਨਾਨੀ ਕਹਿੰਦੀ ਦੇ ਕੇ ਮਾੜਾ ਜਿਹਾ ਦਿਲ ਪ੍ਰਚਲਿਤ ਹੈ। ਕੁੱਤਾ ਪੜ੍ਹਨਾ ਹੀ ਪੈਂਦਾ। ਕਿੰਨੇ ਕਿ ਨਜ਼ਾਰੇ ਲੈਣੇ ਪੜਦੇ ਪਿੰਡ 'ਚ? ਨਹੀਂ ਜੀ ਲੈਂਦੇ, ਅਸੀਂ ਬਾਹਰ ਬੂਰ ਚੰਡੀਗੜ੍ਹ ਚਲੇ ਜਾਈਦਾ ਜੀ। ਛੜਾਈ ਬੰਦਾ ਵਧੀਆ ਹੁੰਦਾ ਜੀ। ਹਾਂ ਮੌਜਾਂ ਕਰਦੇ, ਛੜੇ ਬੰਦੇ ਦੀ ਹੁੰਦੀ ਆ ਖਿੱਲ ਵਰਗੀ ਜੀ। ਵੀਰੇ ਹੈਲੋ, ਵੀਰ ਤੂੰ ਛੜਾ? ਹੈਲੋ, ਮੈਂ ਤੈਨੂੰ ਲਾਇਆ ਸਾਹਿਬ, ਤੇਰੀ ਚੜ੍ਹਾਈ ਹੈ, ਜ਼ਿੰਦਗੀ ਤੇਰੀ ਸੌਖੀ ਹੈ ਵੀਰ। ਐਵੇਂ ਕਹਿੰਦੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ, ਤੂੰ ਵੀ ਦਾਦੇ ਕਰਾਇਆ ਤੈਂ ਨਹੀਂ ਕਰਾਇਆ? ਉਹ ਛੜਾ ਕੌਣ ਹੈ ਤਾਂ ਦਾਦੇ? ਮੈਨੂੰ ਲੱਗਦਾ ਇਹਨੇ ਨਹੀਂ ਦੱਸਣਾ। ਹੁਣ ਮੈਂ ਪਹੁੰਚਿਆ ਜੀ ਇੱਕ ਪਿੰਡ ਦੀ ਸੱਥ ਦੇ ਵਿੱਚ, ਉੱਥੇ ਆਪਾਂ ਪੁੱਛਦੇ ਹਾਂ ਕਿ ਛੜਾ ਕਿਹਨੂੰ ਕਹਿੰਦੇ ਨੇ ਅਤੇ ਛੜੇ ਦੀ ਜ਼ਿੰਦਗੀ ਜ਼ਿਆਦਾ ਵਧੀਆ ਕਿ ਵਿਆਹ ਦੀ। ਆਓ ਫਿਰ ਪੁੱਛਦੇ ਹਾਂ ਬਾਈ ਉਹਨਾਂ ਨੂੰ। ਕੀ ਹਾਲ ਹੈ ਵੀਰੇ? ਠੀਕ ਠਾਕ ਹੋ? ਸੱਥ 'ਤੇ ਬੈਠੇ ਹੋ, ਨਜ਼ਾਰੇ ਲੈ ਰਹੇ ਹੋ, ਅਤੇ ਇੱਕ ਗੱਲ ਮੈਨੂੰ ਦੱਸੋ, ਛੜੇ ਦੀ ਜ਼ਿੰਦਗੀ ਜ਼ਿਆਦਾ ਵਧੀਆ ਹੁੰਦੀ ਕਿ ਵਿਆਹ ਵਰੇ ਦੀ? ਵਿਆਹ ਵਰੇ ਦੀ ਵਧੀਆ ਹੁੰਦੀ ਵੀਰੇ। ਵਿਆਹ ਵਰੇ ਦੀ? ਹਾਂਜੀ। ਇਹ ਵੀਰ ਨਾ ਆਫ ਕੈਮਰੇ 'ਤੇ ਮੈਨੂੰ ਛੜੇ ਦੀ ਕਹਿ ਰਿਹਾ ਸੀ। ਕਾਹ ਤੂੰ? ਵਿਆਹ ਹੋ ਚੁੱਕਿਆ। ਹਾਂਜੀ, ਉਹ ਘਰੇ ਨਹੀਂ ਪੜਨ ਦੇਣਾ ਘਰ ਵਾਲੀ ਨੇ ਵੀਰ। ਤੁਹਾਡਾ ਵਿਆਹ ਹੋਇਆ? ਹਾਂਜੀ ਹਾਂਜੀ। ਅਤੇ ਵਿਆਹ ਵਰੇ ਦੀ ਜ਼ਿੰਦਗੀ ਜ਼ਿਆਦਾ ਵਧੀਆ ਕਿ ਛੜੇ ਬੰਦੇ ਦੀ? ਅਰੇ ਗੱਲ ਵਿਆਹ ਦੀ ਗੱਲ ਸਹੀ ਆ, ਬਿਨਾਂ ਵਿਆਹ ਦੀ ਗੱਲ ਸਹੀ ਆ। ਮੈਨੂੰ ਆਇਆ ਜਾ ਕਰਾਂ, ਪਰ ਵਿਆਹ ਕਰਾ ਕੇ ਜੀ ਵਧੀਆ। ਵਿਆਹ ਕਰਾ ਕੇ ਵਧੀਆ? ਵਿਆਹ ਹੋ ਗਿਆ ਨਾ? ਦਿਲਜੀਤ ਭਾਈ ਦੀ ਫਿਲਮ ਆ ਰਹੀ, ਉਹ ਕਹਿੰਦੇ ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ, ਗੱਲ ਚ ਸੱਚਾਈ ਹੈ? ਉਹ ਕੁੱਤਾ ਬਣਨਾ ਹੀ ਪੈਂਦਾ। ਕੁੱਤਾ ਹੋਵੇ, ਕੁੱਤਾ ਬਣਨਾ ਹੀ ਪੈਂਦਾ, ਇਹ ਉਮਰ ਉਹ ਦੇਖਣਾ ਪੈਂਦਾ ਸਭ ਕੁਛ। ਵੀਰ ਚੁੱਪ ਹੋ ਗਿਆ, ਕੈਮਰੇ ਦੇ ਪਿੱਛੇ ਬਹੁਤ ਕਹਿ ਰਿਹਾ ਵੀਰ ਛੜੇ ਬੰਦੇ ਦੀ ਜ਼ਿੰਦਗੀ ਘੈਂਟ। ਅਤੇ ਇੱਥੇ ਹੋਰ ਵੀ ਨੇ ਕੋਈ ਸਾਥੀ ਮੇਰੇ ਨਾਲ? ਬਾਬੂ ਜੀ ਤੁਸੀਂ ਦੱਸੋ, ਵਿਆਹ ਵਰੇ ਦੀ ਜ਼ਿੰਦਗੀ ਜ਼ਿਆਦਾ ਵਧੀਆ ਕਿ ਛੜੇ ਦੀ? ਮੈਨੂੰ ਤਾਂ ਬਾਈ ਛੜੇ ਦੀ ਉਹ ਲੱਗਦੀ ਆ ਚੰਗੀ। ਕਿਉਂ? ਹਾਂ ਮੈਂ ਆਏ ਹਾਂ ਬਾਈ, ਕਿਸੇ ਜਨਾਨੀ ਕਹਿੰਦੀ ਦੇ ਕੇ ਮਾੜਾ ਜਿਹਾ ਦਿਲ ਪ੍ਰਚਲਿਤ ਹੈ। ਉਹ ਵਿਆਹ ਵਿਆਹ ਕੀ ਸੇਵਾ ਕਰੂੰਗਾ, ਵਿਆਹ ਵਿਆਹ ਤਾਂ ਬੰਦਰ ਹੀ ਨਹੀਂ ਬਣ ਦਿੰਦੇ ਮੇਰੇ ਯਾਰ। ਅੱਛਾ, ਹਾਂ ਛੜਾ ਬੰਦਾ ਕਿਵੇਂ ਮੌਜਾਂ ਕਰ ਸਕਦਾ? ਤੁਸੀਂ ਮੌਜਾਂ ਕਰਦੇ ਹੋ? ਹਾਂ ਮੌਜਾਂ ਕਰਦੇ, ਛੜੇ ਬੰਦੇ ਦੀ ਹੁੰਦੀ ਆ ਖਿੱਲ ਵਰਗੀ ਜੀ। ਹਾਂਜੀ। ਪਿੰਡ 'ਚ ਕਿੰਨੇ ਕੁ ਨਜ਼ਾਰੇ ਲੈਣੇ ਫਿਰਦੇ? ਪਿੰਡ 'ਚ ਨਹੀਂ ਜੀ ਲੈਂਦੇ, ਅਸੀਂ ਬਾਹਰ ਬੂਰ ਚੰਡੀਗੜ੍ਹ ਚਲੇ ਜਾਈਦਾ ਜੀ। ਬੱਕਰੀਆਂ ਨਾਲ? ਬੱਕਰੀਆਂ ਗਾਲੇ ਜਾਈਦਾ ਜੀ, ਬੱਕਰੀਆਂ ਗਾਲੇ। ਅਤੇ ਵੀ ਤੂੰ ਦੱਸ, ਵਿਆਹ ਕਰਾਉਣਾ ਤੈਂ? ਨਹੀਂ ਨਹੀਂ ਕਰਾਉਣਾ? ਛੜੇ ਦੀ ਜ਼ਿਆਦਾ ਵਧੀਆ ਲੱਗਦੀ ਜ਼ਿੰਦਗੀ? ਹਾਂਜੀ। ਅੱਛਾ, ਆਹ ਕਾ ਤੋਂ? ਛੜਾਈ ਬੰਦਾ ਵਧੀਆ ਹੁੰਦਾ ਜੀ। ਅੱਛਾ, ਛੜਾ ਬੰਦਾ ਵਧੀਆ ਹੁੰਦਾ, ਤੀਵੀਂ ਡੰਡੇ ਮਾਰ ਮਾਰ ਕੇ ਗੁੱਟ ਕੇ ਬੰਦੇ ਨੂੰ ਸਿੱਧਾ ਕਰ ਦਿੰਦੀ ਹੈ। ਇੱਧਰ ਇੱਧਰ ਵਾਲਿਆਂ ਨੂੰ ਮੈਂ ਵਾਪਸ ਜਾਣਾ ਚਾਹੂੰਗਾ, ਡੰਡੇ ਮਾਰ ਕੇ ਕੁੱਟ ਦੇ ਕੁਛ ਯਾਰ, ਇਹ ਵੀ ਚੱਕਰ ਹੈ, ਸਭ ਕੁਝ ਦੇਖਣਾ ਪੈਂਦਾ। ਮੇਰੇ ਹੋਈ ਹੈ ਤਾਂ ਮੈਂ ਪੁੱਛਣਾ ਪੈਂਦਾ, ਹੁਣ ਕਿਆ ਕਰੀਏ। ਦੇਖੋ ਜੀ, ਜੇ ਆਪਾਂ ਬੈਟਰ ਲਾਈਫ ਦੀ ਗੱਲ ਕਰੀਏ ਤਾਂ ਛੜਾ ਬੰਦਾ ਥੋੜ੍ਹਾ ਜਿਹਾ ਜ਼ਿਆਦਾ ਵਧੀਆ ਰਹਿੰਦਾ, ਕਿਉਂਕਿ ਉਹਦੇ ਸਿਰਫ ਜ਼ਿੰਮੇਵਾਰੀਆਂ ਨਹੀਂ ਹੁੰਦੀਆਂ ਹੈਗੀਆਂ। ਵਿਆਹ ਦੇ ਨਾਲ ਇੱਦਾਂ ਹੈ ਵੀ ਬੰਦੇ ਨੂੰ ਜ਼ਿੰਮੇਵਾਰੀਆਂ ਨਿਭਾਉਣੀਆਂ ਪੈ ਜਾਂਦੀਆਂ ਕੁਛ, ਬਹੁਤ ਸਾਰੀਆਂ, ਹੈ ਨਾ। ਅਤੇ ਛੜੇ ਬੰਦੇ ਦੀ ਕਾਹਦੀ ਲਾਈਫ ਹੁੰਦੀ, ਉਹਨੇ ਤਾਂ ਆਪਣੀ ਰੋਟੀ ਦਾ ਇੰਤਜ਼ਾਮ ਕਰਨਾ ਹੁੰਦਾ ਹੈ ਜੀ, ਅਤੇ ਪਰਿਵਾਰਕ ਬੰਦੇ ਨੇ ਸਾਰਿਆਂ ਬਾਰੇ ਸੋਚਣਾ ਹੁੰਦਾ ਇੱਕ, ਹੈ ਨਾ, ਇਹ ਚੀਜ਼ ਆ ਜਾਂਦੀ ਹੈ। ਬਾਕੀ ਪਿਕਚਰ ਆਪਣੀ ਜਗ੍ਹਾ, ਇੰਟਰਟੇਨਮੈਂਟ ਆਪਣੀ ਜਗ੍ਹਾ, ਉਹ ਬਹੁਤ ਅੱਛੀ ਗੱਲ ਆ। ਉਹਨਾਂ ਦਾ ਬਹੁਤ ਵਧੀਆ ਪਿਕਚਰ ਆ, ਉਹਨਾਂ ਦਾ ਅਸੀਂ ਟ੍ਰੇਲਰ ਦੇਖਦੇ ਹਾਂ, ਅਤੇ ਅੱਛੀ ਮੂਵੀ ਆ, ਜ਼ਰੂਰ ਦੇਖਾਂਗੇ ਵੀ, ਜ਼ਰੂਰ ਜੀ। ਇੱਕ ਡਾਇਲੋਗ ਵੀ ਹੈ ਨਾ, ਕੁੱਤਾ ਹੋਵੇ ਜਿਹੜਾ ਵਿਆਹ ਕਰਾਵੇ, ਕਰਾ ਲਿਆ ਕਿ ਨਹੀਂ? ਨਹੀਂ ਜੀ, ਮੈਂ ਤਾਂ ਵਿਆਹ ਕਰਾ ਲਿਆ। ਅਤੇ ਜਿਹੜੀ ਪਿੰਡ ਦੀ ਸੱਥ ਦੇ ਵਿੱਚ ਮੈਂ ਆਇਆ, ਉੱਥੋਂ ਤਾਂ ਪਤਾ ਲੱਗ ਗਿਆ ਕਿ ਛੜੇ ਬੰਦੇ ਦੀ ਜ਼ਿੰਦਗੀ ਵੀ ਵਧੀਆ, ਅਤੇ ਵਿਆਹ ਦੀ ਵੀ ਹਰੇਕ ਦੀ ਆਪਣੀ ਆਪਣੀ ਐਵੇਂ, ਅਤੇ ਤੁਹਾਨੂੰ ਕਿਹੜੀ ਵਧੀਆ ਲੱਗਦੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਜੀ। ਮੈਂ ਮਿਲਦਾ ਤੁਹਾਨੂੰ ਅਗਲੀ ਵਾਰ, ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ।